ਜੇਕਰ ਗੱਲ ਕਰੀਏ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਤਾਂ ਪੜ੍ਹਾਉਣ ਵਾਲੇ ਟੀਚਰਾਂ ਦੀ ਗਿਣਤੀ ਦਿਨੋਂ ਦਿਨ ਘਟਦੀ ਹੀ ਜਾ ਰਹੀ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜ਼ਿਲ੍ਹਾ ਸੰਗਰੂਰ ਦੇ ਹਲਕਾ ਲਹਿਰਾ ਗਾਗਾ ਦੇ ਪਿੰਡ ਦਹਿਲਾ ਸੀਆਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਟੀਚਰਾਂ ਦੀ ਗਿਣਤੀ ਵੀ ਘੱਟ ਚੱਲ ਰਹੀ ਹੈ। ਇਸ ਮੌਕੇ ਜਦੋਂ ਪਿੰਡ ਦੇ ਨੌਜਵਾਨ ਰਣਬੀਰ ਸਿੰਘ ਬਿੱਟੂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸਕੂਲ ਵਿੱਚ ਪਹਿਲਾਂ 3 ਪੋਸਟ ਅਤੇ ਟੀਚਰ ਸਨ ਜਿਨ੍ਹਾਂ ਵਿੱਚੋਂ ਇੱਕ ਡੈਪੂਟੇਸ਼ਨ 'ਤੇ ਚੱਲ ਰਿਹਾ ਅਤੇ ਬਾਕੀ ਟੀਚਰ ਇੱਥੋਂ ਆਪਣੀ ਬਦਲੀਆਂ ਕਰਵਾ ਕੇ ਚਲੇ ਗਏ ਹਨ ਅਤੇ ਹੁਣ 3 ਪੋਸਟ ਹੀ ਖਾਲੀ ਹੈ। ਲਹਿਰਾ ਗਾਗਾ ਤੋਂ ਗਗਨਦੀਪ ਸਿੰਘ ਦੀ ਰਿਪੋਰਟ। ਹਾਂਜੀ, ਸਾਡਾ ਪਿੰਡ ਜਿਹੜਾ ਦਹਿਲਾ ਸੀਆਂ ਸੰਗਰੂਰ ਦੇ ਵਿੱਚ ਪੈਂਦਾ ਹੈਗਾ ਅਤੇ ਇੱਥੇ ਪਿਛਲੇ ਲੰਬੇ ਸਮੇਂ ਤੋਂ ਟੀਚਰਾਂ ਦੀ ਘਾਟ ਚੱਲ ਰਹੀ ਸੀ। ਇੱਥੇ 3 ਅਸਾਮੀਆਂ ਨੇ ਜਿਹੜੀਆਂ ਪੱਕੀਆਂ ਨੇਗੀਆਂ ਅਤੇ ਉਹਨਾਂ 'ਚੋਂ ਇੱਕ ਟੀਚਰ ਸਾਡਾ ਡੈਪੂਟੇਸ਼ਨ 'ਤੇ ਗਿਆ ਹੋਇਆ ਕਾਫੀ ਲੰਬੇ ਸਮੇਂ ਤੋਂ ਅਤੇ 2 ਟੀਚਰ ਇੱਥੋਂ ਬਦਲੀ ਕਰਾ ਕੇ ਚਲੇ ਗਏ। ਮਤਲਬ ਕਿ 3 ਦੀਆਂ 3 ਪੋਸਟਾਂ ਖਾਲੀ ਸੀਆਂ। ਇਸ ਸੰਬੰਧ 'ਚ ਅਸੀਂ 1-2 ਵਾਰੀ ਪਹਿਲਾਂ ਵੀ ਸਰਕਾਰ ਨਾਲ ਰਾਬਤਾ ਕਰਨ ਦੀ ਜਾਂ ਉੱਪਰ DDO ਆਪਣਾ DO ਸਾਹਿਬ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਅਤੇ ਸਾਨੂੰ ਕੋਈ ਜ਼ਿਆਦਾ ਮਤਲਬ ਕਿ ਉਹ 'ਚੋਂ ਪ੍ਰਾਪਤੀ ਨਹੀਂ ਹੋਈ ਕੋਈ। ਅਤੇ ਫਿਰ ਇਹਦੇ ਸੰਬੰਧ 'ਚ ਅਸੀਂ ਕੱਲ੍ਹ ਇੱਥੇ ਇੱਕ ਧਰਨਾ ਲੈ ਲਓ, ਇੱਕ ਰੋਸ ਪ੍ਰਦਰਸ਼ਨ ਲਾ ਲਓ ਵਿੱਢਿਆ ਸੀਗਾ ਅਤੇ ਜਿਹਦੇ ਨਾਲ ਜਿਹੜਾ ਅੱਜ ਇੱਥੇ ਸਾਰੇ ਸਾਡੇ ਜਿਹੜੇ ਮੋਤਬਰ ਪਿੰਡ ਦੇ ਬੰਦੇ ਇਕੱਠੇ ਹੋਏ ਨੇ ਅਤੇ ਸਰਕਾਰ ਤੱਕ ਵੀ ਆਵਾਜ਼ ਪਹੁੰਚੀ ਹੈ ਵੀ ਸਾਡੀ ਸਰਕਾਰ ਹੈ, ਠੀਕ ਹੈ, ਅਸੀਂ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਹਾਂ। ਪਰ ਜਿਹੜੇ ਮੁੱਦੇ ਹੁੰਦੇ ਨੇ ਲੋਕਾਂ ਨੂੰ ਭੜਕਾਉਣਾ ਕਿਸੇ ਇਸ਼ੂ ਤੋਂ, ਕਿਉਂਕਿ 10 ਸਾਲ ਤੋਂ ਪਿਛਲੇ ਦੇਖੋ ਅਕਾਲੀ ਦਲ ਦੀ ਸਰਕਾਰ ਆ ਰਹੀ ਹੈ, ਸਰਕਾਰ ਮਤਲਬ ਲੋਕ ਬਹੁਤ ਦੁਖੀ ਨੇ ਜੋ ਪਿਛਲਾ 10 ਸਾਲਾਂ ਤੋਂ ਸਾਨੂੰ ਉਹਨਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ, ਅਸੀਂ ਉਹਨਾਂ ਦਾ ਭੁਗਤ ਰਹੇ ਹਾਂ, ਠੀਕ ਹੈ। ਅਸੀਂ ਹੌਲੀ ਹੌਲੀ ਕਿਸੇ ਸਰਕਾਰ ਨੂੰ ਕੋਈ ਟਾਈਮ ਲੱਗਦਾ ਹੈ, ਕਿਸੇ ਵੀ ਆਪਾਂ ਘਰ ਦਾ ਕਬੀਲਦਾਰ ਹੈ ਉਹ ਵੀ ਹੌਲੀ ਹੌਲੀ ਆਪਣੇ ਘਰ ਦੀ ਕਬੀਲਦਾਰੀ ਸੈੱਟ ਕਰ